ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਵੋਇਸ ਆਫ ਪੰਜਾਬ USA ਟੈਕਸਿਸ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਵੇਲੇ। ਮੈਂ ਬੈਠਾ ਹੋਇਆ ਕੋਰੀਡੋਰ ਦੇ ਵਿੱਚ ਜੀ, ਬਿਲਕੁਲ ਇਸ ਵੇਲੇ ਦੇ ਕੋਰੀਡੋਰ ਜਿਹੜਾ ਉਹ ਇਹੀ ਹੈ। ਇੱਧਰੋਂ ਉੱਧਰ ਤੁਸੀਂ ਦੇਖੋ, ਇਸ ਮੇਰੀ ਨਜ਼ਰ ਰਾਹੀਂ ਕੈਮਰੇ ਰਾਹੀਂ ਤੁਸੀਂ ਦੇਖੋ, ਇਹ ਕੋਰੀਡੋਰ ਜਿਹੜੀ ਹੈ ਇਹ ਜਾ ਰਹੀ ਹੈ ਡੇਰਾ ਬਾਬਾ ਗੁਰੂ ਨਾਨਕ ਵਾਲੇ ਪਾਸੇ। ਹਾਂਜੀ ਜੀ, ਇਹ ਕੋਰੀਡੋਰ ਜਾ ਰਹੀ ਹੈ ਦਰਬਾਰ ਸਾਹਿਬ ਕਰਤਾਰਪੁਰ ਵਾਲੀ ਸਾਈਡ ਤੋਂ ਡੇਰਾ ਬਾਬਾ ਗੁਰੂ ਨਾਨਕ ਵਾਲੇ ਪਾਸੇ। ਔਰ ਇਹ ਮੈਂ ਕਹਾਂਗਾ ਕਿ ਕੋਰੀਡੋਰ ਜਿਹੜਾ ਹੁਣ ਥੋੜੇ ਦਿਨ ਹੀ ਰਹਿਣਾ ਇਹ ਵਾਲਾ, ਔਰ ਇਸ ਪਾਸੇ ਆ ਗਿਆ ਦਰਬਾਰ ਸਾਹਿਬ ਕਰਤਾਰਪੁਰ। ਸਭਾ ਸੰਗਤਾਂ ਨੂੰ ਲੱਖ ਲੱਖ ਗੁਰੂ ਪੁਰਬ ਦੀ ਵਧਾਈ, ਔਰ 550 ਸਾਲ ਦਾ ਜਿਹੜਾ ਜਸ਼ਨ ਹੈ ਉਹਦੀਆਂ ਤਿਆਰੀਆਂ ਪਾਕਿਸਤਾਨ ਵਿੱਚ ਸ਼ੁਰੂ ਹੋ ਗਈਆਂ। ਦੇਖ ਲਓ ਤੁਸੀਂ, ਗੱਡੀਆਂ ਕਿੰਝ ਖਲੋਤੀਆਂ, ਲੈਂਡ ਸਰਵੇ ਹੋ ਚੁੱਕਿਆ, ਇੱਟਾਂ ਰੋੜੇ ਪਾ ਦਿੱਤੇ ਗਏ, ਔਰ ਇੱਥੇ ਹੁਣ ਸੜਕ ਬਣਨ ਲਈ ਜਾ ਰਹੀ ਹੈ ਕੋਰੀਡੋਰ ਵਾਲੀ। ਔਰ ਪਹਿਲੇ ਤਾਂ ਇਸ ਵੀਡੀਓ ਨੂੰ ਮੈਂ ਕਹਾਂਗਾ ਹਰਪ੍ਰੀਤ ਜੀ, ਤੁਹਾਨੂੰ ਜੀ ਆਇਆਂ ਨੂੰ ਜੀ, ਮੈਂ ਸਭ ਤੋਂ ਪਹਿਲੇ ਇਹ ਕਹਾਂਗਾ ਕਿ ਪਲੀਜ਼ ਇਹ ਵੀਡੀਓ ਤੁਹਾਡੇ ਕੋਲ ਅਮਾਨਤ ਹੈ ਰੇਡੀਓ ਵਾਇਸ ਆਫ ਪੰਜਾਬ ਦੀ, ਇਸ ਨੂੰ ਜਿੰਨਾ ਕੁ ਹੋ ਸਕਦਾ ਫਟਾਫਟ ਸ਼ੇਅਰ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਸ਼ੇਅਰ ਕਰੋਗੇ ਤਾਂ ਇਹ ਚੰਗਾ ਮੈਸੇਜ ਅੱਗੇ ਵਧੇਗਾ। ਔਰ ਜਿਹੜਾ ਬੰਦਾ ਵੀਰ ਜੀ ਸਾਡਾ ਜਿਹੜਾ ਉਹ ਹੈਲਪ ਕਰੇਗਾ, ਮੈਂ ਕਹਾਂਗਾ ਕਿ ਉਹਦੀ ਬਹੁਤ ਮਿਹਰਬਾਨੀ, ਉਹਦਾ ਬਹੁਤ ਜ਼ਿਆਦਾ ਧੰਨਵਾਦ ਹੈ। ਜਿਹੜੀਆਂ ਝੰਡੀਆਂ ਤੁਹਾਨੂੰ ਨਜ਼ਰ ਆ ਰਹੀਆਂ, ਰੈੱਡ ਕਲਰ ਦੀਆਂ, ਬਲੂ ਕਲਰ ਦੀਆਂ, ਗ੍ਰੀਨ ਕਲਰ ਦੀਆਂ, ਇਹ ਰੋਡ ਦੀ ਡਿਮਾਰਕੇਸ਼ਨ ਕਰ ਦਿੱਤੀ ਗਈ ਹੈ ਜੀ। ਅੱਗੇ ਜਿਹੜੇ ਬਾਲੂਨਸ ਨੇ ਇਹ ਇੰਡੀਆ ਵਾਲੇ ਪਾਸੇ ਨੂੰ ਕਰਕੇ ਲਾਏ ਗਏ ਆ, ਉਹ ਦੇਖੋ ਜੀ। ਖੈਰ ਸਗਾਲੀ ਦਾ ਮੈਸੇਜ ਜਿਹੜਾ ਇੰਡੀਆ ਵਾਲੀ ਸਾਈਡ ਤੋਂ ਆਇਆ ਵਾ, ਇਹ ਬੈਲੂਨਸ ਹੈ ਜਿੱਥੋਂ ਸਾਡਾ ਟਰੈਕਟਰ ਆ ਰਿਹਾ, ਤੁਸੀਂ ਦੇਖੋ ਤੇ ਇਹਦੇ ਨਾਲ ਲੱਗੇ ਹੋਏ ਬੈਲੂਨਸ, ਔਰ ਇਹ ਝੰਡੇ ਜਿਹੜੇ ਨੇ ਇਸਨੂੰ ਖੈਰ ਮੁਕਦਮ ਕੀਤਾ ਜਾ ਰਿਹਾ ਪਾਕਿਸਤਾਨੀ ਸਰਕਾਰ ਵੱਲੋਂ। ਮੈਂ ਕਹਾਂਗਾ ਕਿ ਦੋਵਾਂ ਮੁਲਕਾਂ ਦੀ ਕ੍ਰਿਕਟ ਜਿੱਤ ਗਈ ਔਰ ਸਿਆਸਤ ਹਾਰ ਗਈ, ਇਸ ਵਾਰੀ ਸਿਆਸਤ ਹਾਰੀ ਔਰ ਕ੍ਰਿਕਟ ਜਿੱਤ ਗਈ। ਦੇਖੋ ਕ੍ਰਿਕਟ ਨੇ ਕਿੰਨਾ ਪਾਵਰਫੁੱਲ, ਜਿਹੜੇ ਲੋਕ ਸਾਰੀ ਗੱਲ ਨੂੰ ਸਮਝ ਰਹੇ ਨੇ ਕਿ ਵੀ ਕ੍ਰਿਕਟ ਨੇ ਕਿੰਨਾ ਉਮਦਾ ਰੋਲ ਅਦਾ ਕੀਤਾ ਇਹਦੇ ਵਿੱਚ, ਯਾਨੀ ਕਿ ਨਵਜੋਤ ਸਿੰਘ ਸਿੱਧੂ, ਔਰ ਇਸ ਪਾਸੋਂ ਨਵਜੋਤ ਸਿੰਘ ਸਿੱਧੂ ਔਰ ਇਸ ਪਾਸੋਂ ਸਾਡੇ PM ਇਮਰਾਨ ਖਾਨ ਸਾਹਿਬ, ਇਹਨਾਂ ਦੋਵਾਂ ਦਾ ਉਪਰਾਲਾ ਦੇਖੋ। ਕ੍ਰਿਕਟ ਨੇ ਦੋਵਾਂ ਮੁਲਕਾਂ ਨੂੰ ਜੋੜ ਦਿੱਤਾ, ਕ੍ਰਿਕਟ ਨੇ ਇਹ ਬਾਬਾ ਗੁਰੂ ਨਾਨਕ ਸਾਹਿਬ ਦੇ ਪੈਂਡਿੰਗ ਜਿਹੜਾ ਕਰਤਾਰਪੁਰ ਕੋਰੀਡੋਰ ਸੀ, ਇਹ ਤਕਰੀਬਨ 3 ਡਿਕੇਟਸ ਤੋਂ 30 ਸਾਲਾਂ ਤੋਂ 35 ਸਾਲਾਂ ਤੋਂ ਗੱਲ ਚੱਲ ਰਹੀ ਸੀ ਕਿ ਵੀ ਇਹ ਨਾਲਾ ਬਹੀ ਹੈ ਜੀ, ਇਹਨੂੰ ਕ੍ਰੋਸ ਕਰਕੇ ਹੀ ਦਰਬਾਰ ਸਾਹਿਬ ਕਰਤਾਰਪੁਰ ਤੱਕ ਪਹੁੰਚਿਆ ਜਾ ਸਕਦਾ ਜੀ। ਇਹਦੇ ਉੱਤੇ ਵੀ ਪੁਲ ਬਣ ਰਿਹਾ ਫਿਲਹਾਲ, ਇਹਦੇ 'ਤੇ ਬੇੜੀ ਲੱਗੀ ਹੋਈ ਹੈ ਜੀ, ਇਸ ਬੇੜੀ ਦੇ ਰਾਹੀਂ ਲੋਕ ਆ ਰਹੇ ਨੇ ਜਾ ਰਹੇ ਨੇ, ਆਪਣੀ ਟਰਾਂਸਪੋਰਟੇਸ਼ਨ ਥੋੜ੍ਹੀ ਬਹੁਤ ਜਿਹੜੀ ਹੈ ਉਹ ਇਸ ਜਗ੍ਹਾ ਤੋਂ ਕਰਦੇ ਨੇ। ਅੱਗੇ ਤੁਸੀਂ ਦੇਖੋ ਪਸ਼ੂ ਜਿਹੜੇ ਨੇ ਇੱਥੇ ਪਾਣੀ ਪੀਂਦੇ ਨੇ, ਔਰ ਇਹੀ ਇਹ ਉਹ ਘਾਟ ਹੈ, ਇਹ ਉਹੀ ਪਾਣੀ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਸਪਰਿੰਗ ਵਾਟਰ ਜਿਹੜਾ ਕਸ਼ਮੀਰ ਤੋਂ ਆਉਂਦਾ ਉਹਦੇ 'ਚ ਇਸ਼ਨਾਨ ਕੀਤੇ ਨੇ, ਇਹਨੂੰ ਨਾਲਾ ਬਹੀ ਕਿਹਾ ਜਾਂਦਾ। ਪੰਜਾਬ ਦੇ 'ਚ ਕਿੰਨੇ ਨਾਲੇ ਵਗਦੇ ਨੇ? ਪੰਜਾਬ ਦੇ 'ਚ 5 ਨਾਲੇ ਵਗਦੇ ਨੇ ਜੀ, ਪਾਕਿਸਤਾਨੀ ਪੰਜਾਬ 'ਚ ਜਿਹੜੇ ਜੰਮੂ ਵਾਲੇ ਪਾਸੋਂ ਆਉਂਦੇ ਨੇ ਜਿਹਨੂੰ ਕਿਹਾ ਜਾਂਦਾ ਇਹ ਬਹੀ ਹੈ, ਫਿਰ ਇਸ ਤੋਂ ਬਾਅਦ ਬਸੰਤਰ ਹੈ, ਬਸੰਤਰ ਤੋਂ ਬਾਅਦ ਡੇਕ ਹੈ, ਫਿਰ ਏਕ ਹੈ, ਔਰ ਫਿਰ ਉਸ ਤੋਂ ਬਾਅਦ ਨਾਲਾ ਪਲਖੂ ਹੈ। 5 ਨਾਲੇ ਵਗਦੇ ਨੇ ਔਰ ਸਾਰੇ ਦੇ ਸਾਰੇ ਜੰਮੂ ਤੋਂ ਆਉਂਦੇ ਨੇ, ਅਤੇ ਮੈਂ ਕਹਾਂਗਾ ਕਿ ਸਾਡੇ ਖੁਸ਼ੀ ਦੇ ਇੰਤਹਾ ਨਹੀਂ ਹੈ। 9 ਕਰੋੜ ਪਾਕਿਸਤਾਨੀ ਪੰਜਾਬੀ ਔਰ 3 ਕਰੋੜ ਪੰਜਾਬੀ ਜਿਹੜੇ ਹੈ ਈਸਟ ਪੰਜਾਬ ਦੇ, ਜਿਹੜੇ ਕਿ ਪੂਰੀ ਜਗਤ ਸੰਗਤ ਪੂਰੀ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ, ਅਤੇ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਕੰਮ, ਤਾਰੀਖੀ ਕੰਮ ਹੋ ਰਿਹਾ, ਜਿਹੜਾ ਇਸ ਤੋਂ ਪਹਿਲੇ ਕਦੀ ਕਿਸੇ ਨੇ ਇਸ ਬਾਰੇ ਇੰਨਾ ਜ਼ਿਆਦਾ ਕੰਮ ਨਹੀਂ ਕੀਤਾ। ਜਦ ਮੈਂ USA ਆਇਆ ਸੀ ਅਤੇ ਇਸ ਬਾਰੇ ਕਾਫੀ ਚਰਚਾ ਸੁਣੀ ਸੀ ਕਿ ਵੀ ਜਿਹੜੀ ਹੈ ਦਰਬਾਰ ਸਾਹਿਬ ਕਰਤਾਰਪੁਰ ਦਾ ਕੋਰੀਡੋਰ ਜਿਹੜਾ ਉਹ ਖੋਲਿਆ ਜਾ ਰਿਹਾ, ਕਦੋਂ ਖੋਲਿਆ ਜਾ ਰਿਹਾ, ਕਦੋਂ ਹੋਏਗਾ, ਲੋਕ ਮੈਨੂੰ ਪੁੱਛਦੇ ਸੀ, ਲੇਕਿਨ ਮੈਂ ਉਸ ਵੇਲੇ ਸ਼ਰਮਸਾਰ ਸੀ, ਮੈਂ ਕੁਛ ਨਹੀਂ ਸੀ ਦੱਸ ਸਕਦਾ, ਕਿਉਂ ਮੈਂ ਔਰ ਬਾਬੇ ਅਖਤਾਰ ਨਹੀਂ, ਮੈਂ ਕੋਈ ਗਵਰਨਮੈਂਟ ਦੇ ਵਿੱਚ ਨਹੀਂ, ਜਾਂ ਜਿਨ੍ਹਾਂ ਨੇ ਡਿਸੀਜਨ ਲੈਣੇ ਮੇਰੇ ਕੋਲ ਡਿਸੀਜਨ ਪਾਵਰ ਨਹੀਂ ਸੀ, ਲੇਕਿਨ ਹੁਣ ਮੈਂ ਛਾਤੀ ਠੋਕ ਕੇ ਕਹਿ ਸਕਦਾ ਵਾਂ ਸਾਡੇ PM ਇਮਰਾਨ ਖਾਨ ਸਾਹਿਬ ਨੇ ਔਰ ਨਵਜੋਤ ਸਿੰਘ ਸਿੱਧੂ ਜੀ ਨੇ ਜਿਹੜਾ ਉਪਰਾਲਾ ਸੋਚਿਆ ਸੀ ਉਹਨੂੰ ਡਿਸਾਈਡ ਕੀਤਾ ਸੀ, ਅਤੇ ਅੱਜ ਉਹ ਤੁਸੀਂ ਉਹ ਅਮਲੀ ਜਾਮਾ ਪਹਿਨਿਆ ਹੋਇਆ ਦੇਖ ਰਹੇ ਹੋ ਉਹਨੂੰ, ਔਰ ਆਹ ਦੇਖ ਲਓ ਸਰ ਤੁਸੀਂ ਦੁਨੀਆਂ ਦੀਆਂ ਜਿਹੜੀਆਂ ਲੋਕ ਆ ਰਹੇ ਨੇ ਸਾਰੇ ਜਿਹੜੇ ਨੇ ਸਿਰਫ ਔਰ ਸਿਰਫ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਦੇਖਣ ਲਈ ਆ ਰਹੇ ਨੇ ਕਿ ਕਦੋਂ ਇੱਥੋਂ ਗੱਡੀਆਂ ਲੰਘਣ ਕਰਨਗੀਆਂ। ਆਹ ਦੇਖ ਲਓ ਜੀ, ਮੈਂ ਕਹਾਂਗਾ ਕਿ ਇਹ ਕੋਰੀਡੋਰ ਜਿਹੜਾ ਹੈ ਇਹ ਬਹੁਤ ਭਾਗਾਂ ਵਾਲਾ ਹੈ ਜੀ, ਜਿਹੜਾ ਕਿ ਵੱਡਾ ਕੋਰੀਡੋਰ ਹੋਣ ਲਈ ਜਾ ਰਿਹਾ। ਇੱਥੋਂ ਲੋਕ ਇੱਥੇ ਸਾਡੇ ਜਿਹੜੇ ਜੀ ਕਿਸ਼ਤੀ ਵਾਲੇ ਬੋਟ ਵਾਲੇ ਬੈਠਦੇ ਆ ਨਾ ਜੀ, ਅਤੇ ਇਹ ਰਸਤਾ ਹੀ ਜਿਹੜਾ ਉਹ ਤੁਸੀਂ ਅਗਰ ਦੇਖਦੇ ਹੋ ਅਤੇ ਅਗਰ ਉਸ ਪਾਸੇ ਅਗਰ ਝਾਤੀ ਮਾਰੋ ਤਾਂ ਤੁਹਾਨੂੰ ਦਰਬਾਰ ਸਾਹਿਬ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਨਜ਼ਰ ਆਉਂਦਾ, ਔਰ ਅਗਰ ਇਸ ਪਾਸੇ ਤੁਸੀਂ ਮੂੰਹ ਕਰਦੇ ਹੋ ਤਾਂ ਤੁਹਾਨੂੰ ਦਰਬਾਰ ਸਾਹਿਬ ਕਰਤਾਰਪੁਰ ਨਜ਼ਰ ਆਉਂਦਾ।
ਥੋੜੀ ਜਿਹੀ ਨਹੀਂ ਇੰਪੋਰਟੈਂਸ ਦਰਬਾਰ ਸਾਹਿਬ ਕਰਤਾਰਪੁਰ ਦੀ। ਬਾਬਾ ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਦੇ 18.5 ਸਾਲ ਇੱਥੇ ਗੁਜ਼ਾਰਦੇ ਨੇ। ਚੌਥੀ ਉਦਾਸੀ ਤੋਂ ਬਾਅਦ ਜਦੋਂ ਮੱਕਾ ਤੋਂ ਮਦੀਨਾ, ਮਦੀਨਾ ਤੋਂ ਹੁੰਦੇ ਹੋਏ ਜਦੋਂ ਉਹ ਪਹੁੰਚਦੇ ਨੇ ਕਹਾਂਗਾ ਕਿ ਟਿੱਲਾ ਜੋਗੀਆਂ ਆ ਕੇ ਦਾਸ ਪੰਥੀਆਂ ਨਾਲ ਗੱਲਬਾਤ ਹੁੰਦੀ ਹੈ, ਨਾਥ ਪੰਥੀਆਂ ਨਾਲ ਗੱਲਬਾਤ ਹੁੰਦੀ ਹੈ, ਲੇਕਿਨ ਉਹ ਗੱਲ ਜਿਹੜੀ ਹੈ ਸਾਰੀ ਦੀ ਸਾਰੀ ਅਧੂਰੀ ਰਹਿ ਜਾਂਦੀ ਹੈ, ਕਿਉਂਕਿ ਉਹ ਨਾ ਵੰਡ ਛਕਣ ਵਾਸਤੇ ਤਿਆਰ ਸੀ ਅਤੇ ਨਾ ਹੀ ਕਿਰਤ ਕਰਨ ਵਾਸਤੇ ਤਿਆਰ ਸਨ। ਅਤੇ ਬਾਬਾ ਗੁਰੂ ਨਾਨਕ ਸਾਹਿਬ ਉੱਥੋਂ ਵਾਪਸ ਆਏ ਚਵਾ ਬਾਬਾ ਗੁਰੂ ਨਾਨਕ ਦੇ ਉੱਤੇ ਰੋਹਤਾਸ ਫੋਰਟ ਦੇ ਤਲਾਕੀ ਗੇਟ ਦੇ ਬਾਹਰ ਬੈਠੇ, ਉੱਥੋਂ ਅਮਰਕੁੰਡ ਜਾਰੀ ਹੋਇਆ, ਉਸ ਜਗ੍ਹਾ ਤੋਂ ਨਿਕਲੇ ਅਤੇ ਫਿਰ ਰਸਤੇ ਦੇ 'ਚ ਹੋਰ ਪਹਿਲੀ ਪਾਤਸ਼ਾਹੀ ਦੇ ਗੁਰਦੁਆਰੇ ਨੇ ਉੱਥੇ ਠਹਿਰੇ, ਫਿਰ ਸਿਆਲਕੋਟ ਦੇ 'ਚ ਬਾਬਾ ਬੇਰ ਸਾਹਿਬ ਦੀ ਜਗ੍ਹਾ ਦੇ ਉੱਤੇ ਆ ਕੇ ਬੈਠੇ, ਪੀਰ ਹਮਜ਼ਾ ਗੋਸ ਨਾਲ ਉਹਨਾਂ ਦੀ ਮੁਲਾਕਾਤ ਹੋਈ, ਫਿਰ ਉਸ ਤੋਂ ਬਾਅਦ ਅੱਗੇ ਆਉਂਦੇ ਨੇ ਅਤੇ ਪਸਰੂਰ ਦੇ ਲਾਗੇ ਹੀ ਇੱਕ ਪਿੰਡ ਦਿਓਕਾ ਹੈ, ਦਿਓਕਾ ਦੇ ਵਿੱਚ ਜਿਹੜਾ ਇੱਕ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਜਿਹਨੂੰ ਕਿ ਮੰਜੀ ਸਾਹਿਬ ਕਿਹਾ ਜਾਂਦਾ, ਬਾਬਾ ਗੁਰੂ ਨਾਨਕ ਸਾਹਿਬ ਦੀ ਮੰਜੀ ਉੱਥੇ ਡਾਹੀ ਗਈ ਸੀ ਉਹਨਾਂ ਵਾਸਤੇ, ਪਤਾ ਲੱਗਾ ਕਿ ਕੋਈ ਮਹਾਨ ਪੁਰਸ਼ ਆ ਰਹੇ ਨੇ ਤਾਂ ਉਹਨਾਂ ਵਾਸਤੇ ਉਹ ਮੰਜੀ ਉੱਥੇ ਡਾਹੀ ਗਈ ਸੀ। ਇਸ ਵਾਸਤੇ ਉਸ ਗੁਰਦੁਆਰੇ ਨੂੰ ਗੁਰਦੁਆਰਾ ਮੰਜੀ ਸਾਹਿਬ ਵੀ ਕਿਹਾ ਜਾਂਦਾ ਔਰ ਥੜਾ ਸਾਹਿਬ ਵੀ ਕਿਹਾ ਜਾਂਦਾ। ਉੱਥੇ ਇੱਕ ਥੜਾ ਓਪਨ ਗੁਰਦੁਆਰਾ ਸੀ, ਉਹਦੀ ਛੱਤ ਕੋਈ ਨਹੀਂ ਸੀ, ਇਸ ਲਈ ਉਹਨੂੰ ਥੜਾ ਸਾਹਿਬ ਕਿਹਾ ਜਾਂਦਾ ਔਰ ਮੰਜੀ ਸਾਹਿਬ ਵੀ ਕਿਹਾ ਜਾਂਦਾ। ਇਹ ਦਰਬਾਰ ਜਿਹੜਾ ਜਿੱਥੇ ਦੁਨੀਆਂ ਨੂੰ ਬਾਬਾ ਗੁਰੂ ਨਾਨਕ ਸਾਹਿਬ ਨੇ 3 ਆਰਡਰ ਜਾਰੀ ਕੀਤੇ, ਜਿਹਨੂੰ ਕਿ ਹੁਕਮ ਕਿਹਾ ਜਾਂਦਾ ਬਾਬਾ ਗੁਰੂ ਨਾਨਕ ਸਾਹਿਬ ਵੱਲੋਂ 3 ਹੁਕਮ ਜਿਹੜੇ ਜਾਰੀ ਕੀਤੇ ਕਿ ਨਾਮ ਜਪੋ, ਕਿਰਤ ਕਰੋ ਔਰ ਵੰਡ ਛਕੋ, ਯਾਨੀ ਕਿ ਇੱਕ ਰੱਬ ਨੂੰ ਹਰ ਵੇਲੇ ਯਾਦ ਰੱਖੋ, ਫਿਰ ਉਸ ਤੋਂ ਬਾਅਦ ਆਪਣੇ ਹੱਥ ਦੀ ਮਿਹਨਤ ਕਰਕੇ ਖਾਓ, ਔਰ ਜਿਹਦੀ ਵਜ੍ਹਾ ਨਾਲ ਨਾਥ ਪੰਥੀਆਂ ਨਾਲ ਔਰ ਦਾਸ ਪੰਥੀਆਂ ਨਾਲ ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਸੀ ਬਾਬਾ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਔਰ ਉਹਨਾਂ ਨੇ ਨਹੀਂ ਸੀ ਮੰਨੀ, ਜਿਹੜੀ ਸਿੱਧ ਗੋਸ਼ਟੀ ਜਿਹੜੀ ਹੈ ਇਸ ਬਾਰੇ ਕਿਹਾ ਜਾਂਦਾ ਉਹ ਇਹੀ ਚੀਜ਼ ਸੀ। ਫਿਰ ਬਾਲ ਗੁੰਦਾਈ ਜਿਹਨਾਂ ਨੂੰ ਕਿਹਾ ਜਾਂਦਾ ਉਹ ਇਹੀ ਚੀਜ਼ ਸੀ, ਟਿੱਲਾ ਜੋਗੀਆਂ ਦੇ ਸਭ ਤੋਂ ਟੋਪ ਦੇ ਉੱਤੇ ਟਿੱਲਾ ਬਾਲ ਗੁੰਦਾਈ ਜਿਹਨੂੰ ਕਿਹਾ ਜਾਂਦਾ, ਉੱਥੇ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਲੱਗੇ ਹੋਏ ਸੀ। ਕਾਫੀ ਮਤਲਬ ਮੈਂ ਇੰਟਰਡਿਊਸ ਕਰਵਾਇਆ ਆਪਣੇ ਪ੍ਰੋਗਰਾਮਾਂ ਦੇ ਅੰਦਰ, ਫਿਰ ਵਕਤ ਅਸੀਂ ਇਸ ਦਰਬਾਰ ਦੀ ਇਸ ਸਥਾਨ ਦੀ ਗੱਲ ਕਰ ਰਹੇ ਹਾਂ ਕਿ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ 18.5 ਸਾਲ ਆਪਣੇ ਗੁਜ਼ਾਰੇ ਔਰ ਆਪਣੇ ਪਰਿਵਾਰ ਦੇ ਨਾਲ ਗੁਜ਼ਾਰੇ, ਫਿਰ ਉਸ ਤੋਂ ਬਾਅਦ ਜੋਤੀ ਜੋਤ ਸਮਾ ਕੇ, ਔਰ ਇਸੇ ਜਗ੍ਹਾ 'ਤੇ ਉਹ ਵਾਕਿਆ ਹੋਇਆ ਸੀ ਕਿ ਜਦੋਂ ਸਿੱਖ ਮੁਸਲਿਮ ਹਿੰਦੂ ਸੰਗਤਾਂ ਦਾ ਆਪਸ ਦੇ ਵਿੱਚ ਜਿਹੜਾ ਸੀ ਉਹ ਝਗੜਾ ਹੋਇਆ ਕਿ ਬਾਬਾ ਗੁਰੂ ਨਾਨਕ ਸਾਡੇ ਨੇ, ਬਾਬਾ ਗੁਰੂ ਨਾਨਕ ਸਾਹਿਬ ਸਾਡੇ ਨੇ, ਸਾਰੀ ਦੁਨੀਆ ਜਾਣਦੀ ਕਿ ਬਾਬਾ ਗੁਰੂ ਨਾਨਕ ਸਾਰਿਆਂ ਦਾ ਸਾਂਝਾ ਸੀ। ਇਹਨਾਂ ਨੇ ਇਸ ਜਗ੍ਹਾ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਆਪਣੇ ਜਿਸ 'ਤੇ ਖਾਕੀ ਉਹਨਾਂ ਦਾ ਜਿਹੜਾ ਸੀ ਉਹ ਆਪਣੇ ਕਫਨ 'ਚੋਂ ਚਲਾ ਗਿਆ, ਔਰ ਉਸ ਚਾਦਰ ਦੇ ਵਿੱਚ ਜਦੋਂ ਚੁੱਕ ਕੇ ਦੇਖਿਆ ਵਕਤ ਦੇ ਜਿਹੜੇ ਕਹਿ ਲਓ ਕਾਜ਼ੀ ਨੇ ਅਤੇ ਥੱਲੇ ਦੇਖਿਆ ਤਾਂ ਉਹਦੇ ਥੱਲੇ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਪਈਆਂ ਹੋਈਆਂ ਸੀ, ਅਤੇ ਉਹਨਾਂ ਨੇ 2 ਹਿੱਸਿਆਂ 'ਚ ਤਕਸੀਮ ਕਰਕੇ ਅਤੇ ਸਫੈਦ ਚਾਦਰ ਦੇ ਵਿੱਚ ਮੁਸਲਮਾਨਾਂ ਨੇ ਦਰਬਾਰ ਬਣਾ ਦਿੱਤਾ, ਕਬਰ ਬਣਾ ਦਿੱਤੀ, ਔਰ ਜਿਹੜੇ ਉਸ ਵੇਲੇ ਦੇ ਬਾਬਾ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਨ ਦੂਸਰੇ ਮਜ਼ਹਬਾਂ ਦੇ, ਉਹਨਾਂ ਨੇ ਉਹਦਾ ਸੰਸਕਾਰ ਕਰਕੇ ਅਤੇ ਉਸ ਜਗ੍ਹਾ ਦੇ ਉੱਤੇ ਇੱਕ ਸਮਾਧੀ ਬਣਾ ਦਿੱਤੀ। ਇਹ ਦੁਨੀਆ ਦੀ ਵਾਹਿਦ ਉਹ ਜਗ੍ਹਾ ਹੈ ਕਿ ਜਿੱਥੇ ਸੇਮ ਟਾਈਮ ਗ੍ਰੇਵ ਵੀ ਹੈ ਔਰ ਸਮਾਧੀ ਵੀ ਹੈ, ਯਾਨੀ ਕਿ ਮੁਸਲਮਾਨਾਂ ਨੇ ਕਬਰ ਬਣਾਈ ਔਰ ਜਿਹੜੇ ਉਸ ਵੇਲੇ ਦੇ ਸ਼ਰਧਾਲੂ ਸਨ, ਕਿਉਂਕਿ ਗੁਰਸਿੱਖ ਜਿਹੜਾ ਨਾਮ ਹੈ ਉਹ ਤਕਰੀਬਨ 300 ਤੋਂ 325 ਸਾਲ ਪਹਿਲੇ ਮਿਲਦਾ, ਅਤੇ ਇਸ ਵੇਲੇ ਅਸੀਂ ਉਸ